ਜੱਗੂ ਆ ਗਿਆ ਸੈਦੋ ਵਾਲੀ ਹੈ, ਜੱਗੂ ਜੱਗੂ ਹੋਈ ਪਈ ਹੈ। ਔਰ ਸਾਹਮਣੇ ਇੱਕ ਪਾਸੇ ਖੁਸ਼ੀ ਤੇ ਜੱਗੂ ਜੱਗੂ ਦੇ ਖੁਸ਼ੀ, ਖੁਸ਼ੀ ਦੇ ਜੱਗੂ ਮੁਕਾਬਲਾ ਸਖਤ, ਜ਼ੋਰ ਜ਼ੋਰ ਬਿਸ਼ਰਮ ਹੁੰਦਾ। ਔਰ ਸਾਹਮਣੇ ਕਬੱਡੀ 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 ਕਬੱਡੀ, ਸੰਦੀਪ ਨਾਲ ਝੋਟ, ਸੰਦੀਪ ਨਾਲ ਝੋਟ, ਸੰਦੀਪ। ਔਰ ਸਾਹਮਣੇ ਮਨੀ ਸੰਧੂ ਚੱਠਾ ਪਿੰਡ ਹੈ ਮੇਰੇ ਵੀਰੋ, ਜੀਤੇ ਹੋਣਾ ਦਾ ਪਿੰਡ ਹੈ। ਔਰ ਦੂਜੇ ਪਾਸੇ ਖੁਸ਼ੀ, ਕੋਈ ਤੁਗ ਤੁਗ ਕਹਿੰਦਾ, ਕੋਈ ਪ੍ਰਿੰਸ ਕਹਿੰਦਾ। ਔਰ ਸਾਹਮਣੇ ਤੁਗਾ ਪਿੰਡ ਵਾਲਾ, ਤੁਗਾ ਪਿੰਡ ਵਾਲਾ ਖੁਸ਼ੀ, ਐਕਸ਼ਨ। ਸਤਿ ਸ਼੍ਰੀ ਅਕਾਲ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆਹ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕੀਤਾ ਹੈ, ਇਸ ਹਾਰਨ ਮਾਜਰਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕੱਪ, ਔਰ 25 ਫਰਵਰੀ 2019 ਦਾ ਦਿਨ। ਇੱਕ ਪਾਸੇ ਖੇਡ ਰਹੀ ਸੀ ਸ਼ਾਹਕੋਟ ਦੀ ਟੀਮ, ਔਰ ਦੂਸਰੇ ਪਾਸੇ ਰੋਇਲ ਕਿੰਗ USA ਦੀ ਟੀਮ ਸੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਸ਼ਾਹਕੋਟ ਦੇ ਵਿੱਚ ਖੇਡਣ ਵਾਲੇ ਖਿਡਾਰੀ ਖੁਸ਼ੀ ਦੁੱਗਾ, ਸੰਦੀਪ ਲੁੱਧਰ, ਸੁਲਤਾਨ ਸ਼ਮਸ਼ਪੁਰ, ਸੰਦੀਪ ਨੰਗਲੰਬੀਆਂ, ਸ਼ਰਨਾ ਡੋਗਰਮਾਣਾ, ਫੂਲਾ ਸ਼ੁਸ਼ਕ, ਪਿੰਦੂ ਦੁਤਾਲ, ਦਲਵੀਰ ਮਨਾਣਾ ਅਤੇ ਦੀਸ਼ਾ ਆਲੋਵਾਲ ਖੇਡ ਰਹੇ ਸੀ। ਔਰ ਦੂਸਰੇ ਪਾਸੇ ਰੋਇਲ ਕਿੰਗ USA ਦੇ ਵਿੱਚ ਖੇਡਣ ਵਾਲੇ ਖਿਡਾਰੀ ਬਿੱਲੀ ਲਲੀਆਂ, ਫਰਿਆਦ ਅਲੀ, ਸਨੀ ਆਦਮਵਾਲ, ਨਾਟ ਝੋਟ ਚਪਾਰ, ਇੰਦਰਜੀਤ ਕਲਸੀਆਂ, ਜੱਗੂ ਸੈਦੋਵਾਲ, ਔਰ ਸ਼ਿੰਦਾ ਬੋਪਵਾ ਰਾਏ ਵਰਗੇ ਖਿਡਾਰੀ ਖੇਡ ਰਹੇ ਸੀ। ਬਹੁਤ ਹੀ ਇੰਟਰਸਟਿੰਗ ਮੈਚ ਹੈ, ਔਰ ਤੁਸੀਂ ਦੇਖੋ ਕਿ ਇਸ ਮੈਚ ਦੇ ਵਿੱਚੋਂ ਦੋਨੋਂ ਟੀਮਾਂ ਦਾ ਜਿਹੜਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ। ਜੇਕਰ ਮੈਚ ਵਧੀਆ ਲੱਗਿਆ ਤਾਂ ਥੰਬਸ ਅਪ ਦਾ ਬਟਨ ਕਲਿੱਕ ਜ਼ਰੂਰ ਕਰ ਸਕਦੇ ਹੋ, ਇੰਜੋਏ ਕਰੋ ਇਸ ਮੈਚ ਨੂੰ। ਬੁਲਾਰੇ ਵਾਲੇ ਪਹਿਲੀ ਰੇਡ ਤੇ 2000 ਰੁਪਇਆ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੋ। ਸੈਦੋਵਾਲੀਆ ਜੱਗੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਜਾਫੀ 4 ਨੇ, ਇੱਕ ਪਾਸੇ ਸੰਦੀਪ ਹੈ, ਦੂਜੇ ਪਾਸੇ ਸ਼ਰਨਾ, ਲੱਖਾ ਤੇ ਫੂਲਾ। ਲਓ ਲੱਖੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ। ਇੱਕ ਪਾਸੇ ਸੈਦੋਵਾਲੀਆ ਜੱਗੂ ਕਪੂਰਥਲੀਆ ਹੋ ਗਿਆ, ਲੈ ਵੀ ਸੁੱਖਿਆ ਪਰ ਨਹੀਂ ਲਾਲੀਆ। 2000 ਰੁਪਇਆ ਲੈ ਜੀ ਸਰਪੰਚ ਸਾਹਿਬ ਵੱਲੋਂ ਇਧਰਲੇ ਪਾਸੇ ਮੇਰੇ ਕੋਲ ਆ ਕੇ ਨੌਜਵਾਨਾਂ, 2000 ਰੁਪਇਆ ਫੜਨੀ। ਸੁਲਤਾਨ ਆ ਗਿਆ ਮੇਰੇ ਵੀਰਿਓ, ਸ਼ਮਸ਼ਪੁਰੀ ਹੈ, ਲੱਲੀਆਂ ਵਾਲਾ ਬਿੱਲੀ ਹੈ, ਸੰਦੀਪ ਦੇ ਪਿੰਡ ਦਾ, ਪਰ ਦੂਜੇ ਪਾਸੇ ਕਹਿੰਦੇ ਬਾਪ ਤਕੜਾ ਖੇਡਿਆ ਪੁੱਤ ਦੀ ਚੜ੍ਹਤ ਵੀ। ਇੱਕ ਪਾਸੇ ਸੁਲਤਾਨ, ਸੁਲਤਾਨ ਤੇ ਲੱਲੀਆਂ ਵਾਲਾ ਬਿੱਲੀ ਤੇ ਪੁਆਇੰਟ ਸ਼ਾਹਕੋਟ ਦਾ, ਪੁਆਇੰਟ ਸ਼ਾਹਕੋਟ ਦੀ ਟੀਮ ਦੇ, ਕਹਿੰਦੇ ਸੁਲਤਾਨ ਦੇ ਹਿੱਸੇ ਜੁੜਦਾ ਹੋਇਆ। ਉਧਰ ਜੀਤਾ ਠੇਕੇਦਾਰ ਕਹਿੰਦੇ ਸਾਡਾ ਬੜਾ ਪਿਆਰਾ ਵੀਰ ਹੈ, ਉਹ ਵੀਰ ਵੱਲੋਂ ਪਹਿਲੇ ਜੱਫੇ ਦੇ ਉੱਪਰ ਕਹਿੰਦੇ ਬਹੁਤ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਜਾਣਗੇ। ਲਓ ਅਗਲੀ ਰੇਡ ਪਾਉਣ ਦੇ ਲਈ ਆਪਾਂ ਵੇਖਾਂਗੇ ਵੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਮਨੀ ਨੌਜਵਾਨ ਵਧਿਆ ਹੋਇਆ ਮੇਰੇ ਵੀਰੋ। ਇੱਕ ਗੱਡੀ ਤੇ ਟੱਗੋਰ ਮਾਰੇ ਪਿੰਡ ਦਾ ਕਹਿੰਦੇ ਸ਼ਰਮਾ ਖੜਾ, ਜਿਹਨੇ ਲੋਹਾਰੇ ਦੇ ਕੱਪ ਤੋਂ ਕਹਿੰਦੇ ਨਵਾਂ ਸਵਰਾਜ ਟਰੈਕਟਰ ਜਿੱਤਿਆ, ਨਾਲ ਕਹਿੰਦੇ ਫੂਲੇ ਦੀ ਵੀ ਬੜੀ ਚੜ੍ਹਾਈ। ਲਓ ਵੇਖਾਂਗੇ ਵੀ ਨੰਗਲੰਬੀਆਂ ਵਾਲਾ ਇਸ ਵੇਲੇ ਟਰਾਈ ਤੇ ਕਰਦਾ, ਪਰ ਦਿਲਵਰ ਦਾ ਫੈਸਲਾ ਵੀ ਆਹ ਨੰਬਰ ਭਾਵੀ ਸੰਦੀਪ ਲੁੱਧਰ ਮੇਰੇ ਵੀਰੋ। ਗੁਗਨੀ ਗਰੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ, ਮਿਹਰਬਾਨ ਵਾਲੇ ਦਾ ਮੇਰੇ ਵੀਰੋ, ਵੱਡਾ ਯੋਗਦਾਨ ਹੈ ਦਵਿੰਦਰ ਬਬੀਹਾ ਗਰੁੱਪ ਦਾ ਅੱਜ ਦੇ ਕਬੱਡੀ ਕੱਪ ਦੇ ਲਈ। ਔਰ ਸੋਨੂ ਖਟੜੇ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਸੰਦੀਪ ਲੁੱਧਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਜਾਫੀ 4 ਨੇ, ਇੱਕ ਪਾਸੇ ਫਰਿਆਦ ਅਲੀ ਹੈ, ਔਰ ਦੂਜੇ ਪਾਸੇ ਲੁੱਧਰ ਹੈ। ਆਓ ਬਾਈਨੇ ਧੱਕੇ ਤੇ ਪਾਏ ਲੁੱਧਰ ਦਾ, ਲੈ ਵੀ ਸਰਪੰਚ ਸਾਹਿਬ ਆ 2000 ਰੁਪਇਆ ਸੈਦੋ ਵਾਲੀਏ ਜੱਗੂ ਨੂੰ ਦੇ ਦੀ, ਪਰਲੇ ਬੰਨੇ ਦੀ ਜਾ ਕੇ ਸੈਦੋ ਵਾਲੀਏ ਜੱਗੂ ਦਾ ਮਾਣ ਹੈ। ਸਰਪੰਚ ਸਾਹਿਬ ਉਹਨਾਂ ਵੱਲੋਂ ਇੱਧਰ ਵੀਰਾਂ ਵੱਲੋਂ ਆਇਆ,
ਔਰ ਆਪ ਹੀ ਪੁੱਜਦੇ ਕਰਦੀ ਲਾਲੀ ਨੂੰ ਫੜਾ ਦੇ ਮੇਰਾ ਵੀਰ, ਇਹ ਜ਼ਿੰਮੇਵਾਰੀ ਹੈ ਤੇਰੀ। ਔਰ ਸਾਹਮਣੇ ਵੇਖਣਾ ਵੀ ਗੁਰਪ੍ਰੀਤ ਠੀਕਰੀ ਵਾਲੇ ਪਿੰਡ ਦਾ, ਜ਼ਿਲ੍ਹੇ ਬਰਨਾਲੇ ਦੀ ਧਰਤੀ ਹੈ, ਸ਼ਾਹਕੋਟ ਦੇ ਚਾਰ ਨੇ, ਗਲੇਡੀਏਟਰ ਤਿਆਰ ਹੈ, ਮੁੰਡਾ ਅੜਵਈਏ ਸੁਭਾਅ ਦਾ, ਜ਼ਿਲ੍ਹਾ ਫਰੀਦਕੋਟ, ਗੋਰੇ ਗੋਲੇ ਵਾਲੀਏ ਨੂੰ ਆਪਣਾ ਉਸਤਾਦ ਮੰਨਦਾ ਤੇ ਪੁਆਇੰਟ ਠੀਕਰੀ ਵਾਲੀ ਆ ਗੁਰਪ੍ਰੀਤ। ਲੋਕੀ ਗੱਲਾਂ ਕਰਦੇ ਆ ਲੱਕੀ ਕੁਰਾਲੀ ਜੀ ਵੀ ਦੁਤਾਲ ਵਾਲੇ ਪਿੰਡੂ ਦੇ ਪੱਟਾਂ ਦੀ ਬੜੀ ਤਿਆਰੀ ਆ, ਭਲਵਾਨਾਂ ਵਰਗੇ ਪੱਟ ਨੇ, ਪਰ ਇਹਦਾ ਬਾਪ ਤਕੜੀ ਭਲਵਾਨੀ ਕੀਤੀ ਹੈ, ਸ਼ੇਰ ਸਿੰਘ ਪਹਿਲਵਾਨ ਦਾ ਪੁੱਤਰ ਹੈ, ਇਹ ਹੈ ਮਹਾਨ ਕਬੱਡੀ ਖਿਡਾਰੀ ਰੁਪਿੰਦਰ ਸਿੰਘ। ਪਿੰਡੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਪਿੰਡੂ ਦੁਤਾਲ ਵਾਲਾ ਯੂਰਪ ਖੇਡਿਆ, ਬੱਲੇ ਬੱਲੇ ਕਰਵਾਈ ਹੈ, ਸੀਜ਼ਨ ਦਾ ਬੈਸਟ ਹੈ। ਔਰ ਦੂਜੇ ਪਾਸੇ ਫਰਿਆਦ ਲੈ ਵੀ ਖੰਨੇ ਵਾਲਿਆ, ਸ਼ਿੰਦੇ ਬੋਪਾ ਰਾਮਾ ਵਾਲੇ ਦੀ ਗੱਲ ਕਰ ਵੀ ਨਾ, ਸ਼ਿੰਦਾ ਕਹਿੰਦੇ ਬੋਪਾ ਰਾਮਾ ਵਾਲਾ, ਸ਼ੀਰੇ ਦਾ ਗਜਨ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਪਧਿਆ ਖੇਡ ਮੈਦਾਨ ਦੇ ਵਿੱਚ। ਅੱਜ ਬਹੁਤ ਵੱਡੀ ਮੁਬਾਰਕਬਾਦ ਹੈ ਰੱਬੋਂ ਵਾਲੇ, ਕਹਿੰਦੇ ਹਰਵਿੰਦਰ ਸਰਪੰਚ ਦਾ ਮਾਣ ਸਨਮਾਨ ਜਿਹੜਾ ਉਹ ਬੁਲਟ ਦੇ ਨਾਲ ਕੀਤਾ ਜਾਣਾ, ਕਹਿੰਦੇ ਜਿਹਦੀ ਜੋਡੀ ਦੀ ਯਾਰੀ ਇਸੇ ਪਿੰਡ ਦੇ ਕਹਿੰਦੇ ਟੋਨੀ ਪੰਧੇਰ ਦੇ ਨਾਲ ਹੈ। ਆਓ ਵੇਖੋ ਕਹਿੰਦੇ ਫੂਲਾ ਤੇ ਕਹਿੰਦੇ ਸ਼ਿੰਦੇ ਦੇ ਦਰਮਿਆਨ ਟੱਕਰ, ਸਿਰੇ ਦੀ ਮੁਕਾਬਲਾ ਹੰਡੇ ਦੇ ਇਲਾਕੇ ਦੇ ਨੰਬਰ, ਇਸ ਲਈ ਸ਼ਿੰਦੇ ਨੇ ਕਹਿੰਦੇ ਜੋੜ ਦਿੱਤਾ ਆਪਣੀ ਟੀਮ ਦੇ ਲਈ। ਹਾਂਜੀ ਸੋਨੀ ਸਿਆਂਦੋਲ ਵਾਲੇ ਦਾ 500 ਰੁਪਇਆ, ਦੇਸੀ ਪੀਜ਼ਾ ਬਿਲੀ ਪੈਕ ਵਾਲੇ, ਇਹ ਸਾਡੇ ਵੀਰ ਪੁੱਜਦੇ ਕਰਦੇ, ਇਹਨਾਂ ਦਾ ਬਹੁਤ ਵੱਡਾ ਧੰਨਵਾਦ। ਅਸ਼ੀਸ਼ ਜੀ ਕਹਿੰਦੇ ਬਲਵੀਰ ਢਾਬੇ ਵਾਲੇ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਦੇ ਉੱਤੇ ਵੱਡਾ ਧੰਨਵਾਦ ਅਸ਼ੀਸ਼ ਜੀਆਂ ਦਾ। ਲਓ ਤਲਵੀਰ ਕਹਿੰਦੇ ਮਨਾਣੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ, ਜਾਫੀ ਚਾਰ ਐਨ ਤਿਆਰ ਵਰ ਤਿਆਰ ਨੇ, ਇੱਕ ਕੰਨੀ ਦੋ ਵੇਖਾਂਗੇ ਵੀ ਆਹ ਕਹਿੰਦੇ ਮੁੰਡਾ ਲਾਂਬੜੇ ਦੇ ਏਰੀਏ ਦਾ, ਇਹ ਆ ਨੌਜਵਾਨ ਕਹਿੰਦੇ ਬਿੱਲੀ ਲੱਲੀਆਂ ਵਾਲਾ, ਜਿਹਦਾ ਪੂਰਾ ਨਾਮ ਕਹਿੰਦੇ ਅਮਨ ਪ੍ਰਭਦੀਪ ਸਿੰਘ ਹੈ, ਸੱਤ ਅੱਖਰਾਂ ਦਾ ਨਾਮ। ਲੈ ਵੀ ਰੁਪਿੰਦਰ ਕਰ ਗੱਲ ਵੀ ਕੌਣ ਆ ਗਿਆ ਅਗਲੀ ਰੇਡ ਪਾਉਣ ਦੇ ਲਈ, 69 ਝੋਟ ਆ ਗਿਆ ਕਿ ਮੇਲਾ ਤਾਂ ਛਪਾਰ ਲੱਗਦਾ ਜਿਹੜਾ ਲੱਗਦਾ ਜਗਤ ਤੋਂ ਭਾਰੀ। ਕਹਿੰਦੇ 69 ਝੋਟ ਜਗਦੀਪ ਸਿੰਘ ਪਾਲ ਸਿੰਘ ਸੇਖੋਂ ਦਾ ਪੁੱਤਰ। ਹੁਣ ਕਈ ਸੋਚਦੇ ਵੀ ਹਜੇ ਤੱਕ ਜਲਾਲ ਵਾਲੇ ਨੇ ਇਹ ਨਹੀਂ ਆਖਿਆ ਵੀ ਸਨੈਪਚੈਟ ਵਾਲਾ 69 ਝੋਟ ਆ ਗਿਆ, ਆਓ ਗਿਆ ਨੌਜਵਾਨ 69 ਝੋਟ ਮੇਰੇ ਵੀਰੋ ਕਬੱਡੀ ਪਾ ਕੇ। ਹਾਸੇ ਡਿੱਠੇ ਦੀਆਂ ਗੱਲਾਂ ਨੇ, ਖੇਡ ਕਬੱਡੀ ਹੈ ਔਰ ਮੈਚ ਗਰਮ ਨੇ। ਕਮੈਂਟੇਟਰ ਦਾ ਫਰਜ਼ ਹੁੰਦਾ ਵੀ ਹਰ ਇੱਕ ਗੱਲ ਜਿਹੜੀ ਆਪਾਂ ਖੇਡ ਮੈਦਾਨ ਦੇ ਵਿੱਚ ਢੁਕਵੀਂ ਕਰੀਏ। ਔਰ ਸਾਹਮਣੇ ਵੇਖਦਾ ਵੀ ਪੁਆਇੰਟ ਸੁਲਤਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਸ਼ਮਸ਼ਪੁਰੀਆ ਸੁਲਤਾਨ ਆ ਗਿਆ ਫਿਰ, ਉਹੀ ਜਿਹਨੇ ਪਹਿਲਾ ਨੰਬਰ ਜੋੜਿਆ ਡੇਢ ਵਾਲਾ ਮੇਰੇ ਵੀਰੋ ਸੰਦੀਪ। ਤੇ ਕਹਿੰਦੇ ਜਦੋਂ ਜੱਗੂ ਦੀ ਟੱਕਰ ਹੁੰਦੀ ਆ ਨਾ ਤੇ ਦੁਨੀਆ ਅੱਡੀਆਂ ਚੱਕ ਚੱਕ ਵੇਖਦੀ ਹੈ। ਔਰ ਪੁਆਇੰਟ ਜਿਹੜਾ ਇਸ ਵੇਲੇ ਜੱਗੂ ਸੈਦੋ ਵਾਲੀ ਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ, ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ। ਲੈ ਵੀ ਬਾਈ ਹੁਣ ਥੋੜਾ ਸਮਾਂ ਰੁਕ ਜਾ, ਸਾਉਂਡ ਵਾਲਿਆ ਮੱਖਣੀ ਸਾਉਂਡ ਵਾਲਿਆ ਹੁਣ ਰੁਕ ਜਾ, ਸਾਡੇ ਕੰਮ ਦੇ ਵਿੱਚ ਨਾ ਸਵਾਦ ਖਰਾਬ ਕਰ, ਫਿਰ ਆਪਾਂ ਵੇਖਾਂਗੇ ਜਦੋਂ ਤੇਰੀ ਵਾਰੀ ਆਈ ਉਦੋਂ ਤੇਰਾ ਜ਼ੋਰ ਵੇਖਾਂਗੇ, ਹੁਣ ਸਾਡਾ ਜ਼ੋਰ ਵੇਖ ਲੈ, ਆ ਜਵਾਨਾਂ ਦਾ ਜ਼ੋਰ ਵੇਖ ਲੈ, ਲੁੱਦਰ ਦੀ ਤੋਰ ਵੇਖ ਲੈ, ਆ ਸਾਹਮਣੇ ਜੱਫਾ ਇੰਦਰਜੀਤ ਦਾ ਤੇ ਪੁਆਇੰਟ ਲੁੱਦਰ ਦੇ ਕਿਸੇ ਹਿੱਸੇ ਹੈ। ਉਧਰ ਸਾਡੇ ਵੀਰ ਨੇ ਰਵੀ ਗਰੇਵਾਲ ਦੀ ਆਲਮਗੀਰ ਤੇ ਸਨੀ ਸੇਖੋ ਸਰਪੰਚ ਫੁੱਲਾਂ ਵਾਲੀ ਆ, ਉਹਨਾਂ ਵੱਲੋਂ ਲੁੱਦਰ ਦੀਆਂ ਰੇਡਾਂ ਦੇ ਵੱਡੇ ਮਾਣ। ਬਲਵਿੰਦਰ ਸਿੰਘ ਜੀ ਸਹਾਰਤ ਮਾਜਰੇ ਵਾਲੇ, ਲਵੀ ਜਲਾਲ ਵਾਲਿਆ ਨੋਟ ਕਰਦਾ ਲੁੱਦਰ ਦੀਆਂ ਅਗਲੀਆਂ 3 ਰੇਡਾਂ 3000 ਦੀਆਂ ਜਿਹੜੀਆਂ ਉਹ ਪਹਿਣਗੀਆਂ ਮੇਰੇ ਵੀਰੋ। ਇੱਧਰ ਕਬੱਡੀ ਪਈ ਹੈ ਦੁੱਗਿਆਂ ਵਾਲਿਆ, ਕੱਲ੍ਹ ਨੂੰ ਜਨਮ ਦਿਨ ਵੀ ਹੈ ਕਹਿੰਦੇ ਖੁਸ਼ੀ ਦੁੱਗਾਂ ਵਾਲੇ ਦਾ, ਖੁਸ਼ੀ ਦੁੱਗਾਂ ਵਾਲਾ
ਇੱਧਰ ਖਾਨ ਤੁਕਾਂ ਦਾ ਵੀ ਅੱਜ ਦੇ ਮੇਲੇ ਦੇ ਲਈ ਵੱਡਾ ਯੋਗਦਾਨ ਹੈ, ਗੁਗਨੀ ਮਿਹਰਬਾਨ ਉਹਨਾਂ ਦਾ ਵੱਡਾ ਯੋਗਦਾਨ ਹੈ, ਗੁਗਨੀ ਗਰੇਵਾਲ ਦਾ। ਔਰ ਸਾਹਮਣੇ ਸ਼ੇਰ ਸਿੰਘ ਦਾ ਪੁੱਤਰ ਹੈ, ਕਬੱਡੀ ਪਾ ਰਿਹਾ ਰੁਪਿੰਦਰ ਸਿੰਘ ਪਿੰਦੂ ਤੁਤਾਲ ਵਾਲਾ ਮੇਰੇ ਵੀਰੇ। ਪਹਿਲੇ ਮੈਚ ਦੇ ਵਿੱਚ ਦੁਗਾਲ ਵਾਲਾ ਬਿੱਟੂ ਖੇਡਿਆ, ਹਨੀ ਚਾਲ ਵੇਖ ਯਾਰਾ ਜਵਾਨਾ, ਇੰਦਰਜੀਤ ਦਾ ਕਲਸੀਆਂ ਪਿੰਡ ਹੈ। ਔਰ ਸਾਹਮਣੇ ਕਮਾਲ ਕਰਦਾ ਹੋਇਆ ਜਿਹਨੂੰ ਜਿਹਨੂੰ ਜੱਫੇ ਦਾ ਨਜ਼ਾਰਾ ਆ ਰਿਹਾ ਇੱਕ ਵਾਰੀ, ਆਹ ਤਾੜੀਆਂ ਵੱਜ ਗਈਆਂ। ਸਹਾਰ ਮਾਜਰੇ ਦਾ ਕਬੱਡੀ ਕੱਪ ਹੈ, ਪਿੰਦਰੀ ਸਰਪੰਚ ਨੂੰ ਮੁਬਾਰਕਬਾਦ ਹੈ, ਹਰਦੀਪ ਰੌਣੀ ਨੂੰ ਮੁਬਾਰਕਬਾਦ ਹੈ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ, ਕਾਲੇ ਖਿਡਾਰੀ ਵਾਲੇ ਰੁਪਿੰਦਰ ਮੁਬਾਰਕਬਾਦ। ਉਧਰ ਇੰਦਰਜੀਤ ਦੇ ਜੱਫੇ ਦੇ ਉੱਪਰ ਰਵੀ ਗਰੇਵਾਲ ਆਲਮਗੀਰ ਦੇ ਕਹਿੰਦੇ ਸਨੀ ਸਰਪੰਚ ਵੱਲੋਂ ਵੱਡੇ ਮਾਣ, ਜਿਹੜੇ 500 ਦੇ ਕਹਿੰਦੇ ਦਿੱਤੇ ਗਏ ਹੈ। ਲਓ ਠੀਕਰੀ ਵਾਲੀਆ ਕਹਿੰਦੇ ਗੁਰਪ੍ਰੀਤ, ਤੇ ਦੂਜੇ ਪਾਸੇ ਵੇਖਾਂਗੇ ਵੀ ਮੈਟਰੋ ਕਲੱਬ ਸਿਡਨੀਵਾਲ ਦੀ ਟੀਮ ਦਾ, ਸੁੱਖੇ ਗਰੇਵਾਲ ਦੀ ਟੀਮ ਦਾ ਕਹਿੰਦੇ ਲੱਖਾ, ਪਰ ਨੰਬਰ ਜਿਹੜਾ ਉਹ ਧਾਵੀ ਦੇ ਹਿੱਸੇ ਜੁੜਦਾ ਆਇਆ। ਲਾਲੀ ਨਵੀਂ ਜਲਾਲ ਵਾਲਿਆ ਥੋੜਾ ਐਡਜਸਟ ਕਰਨਾ ਪੈਣਾ ਹੈ, ਕਿਉਂਕਿ ਪੇਕਾ ਸੇਖੋ ਜੀ ਵੀ ਨਾਲ ਬੈਠੇ ਹੈ, ਇਹ ਵੀ ਮੰਨ ਗਏ ਵੀ ਜੌਬ ਥੋੜੀ ਬਾਕੀ ਭਾਈ ਹਾਰਡ ਹੈ, ਕਰ ਵੀ ਗੱਲ ਪੈਂਦੀ ਰੇਡ ਦੀ। ਵਾਕਈ ਜੌਬ ਹਾਰਡ ਹੈ, ਸਭ ਤੋਂ ਔਖੀ ਜੌਬ ਜਿਹੜੀ ਕਮੈਂਟਰੀ ਦੀ ਹੈ। ਔਰ ਸਾਹਮਣੇ ਵੇਖਣਾ ਵੀ ਇਸ ਲਈ ਦਰਸ਼ਨ ਸਿੰਘ ਜੀ ਮਨੀਲਾ, ਗੁਰਵਿੰਦਰ ਬਧਰਾਵਾ ਕਹਿੰਦੇ ਖੁਸ਼ੀ ਦਾ ਜੱਫਾ 500 ਦਾ ਆਉਣਾ, ਪਰ ਦਲਵੀਰ ਥਿੰਦ ਦੀ ਰੇਡ ਵੇਖੀਏ ਕਿ ਵਿੱਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ, ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ, ਕਹੇ ਮੱਖਣ ਬਰਾੜਾਂ ਦਾ ਛੱਡ ਦੋ ਨਸ਼ੇ ਵਾਸਤੇ ਪਾ ਕੇ, ਸਿੰਘ ਫਸ ਗਏ ਕੁੰਡੀਆਂ ਦੇ, ਮਿੱਤਰਾ ਬਹਿ ਜਾ ਗੋਡੀ ਲਾ ਕੇ। ਜਸਪਾਲ ਸਿੰਘ ਜੀ ਤਾਰਪੁਰ, ਬਖਸ਼ੀਸ਼ ਲਾਲਾ ਜੀ, ਅਜਿੰਦਰਪਾਲ ਖਰਲਾ, ਬਿੱਟੂ ਜੌਲ, ਜੱਗੇ ਦਿਆਲ ਹੋਣੀ ਐਲਾਨ ਕਰਵਾਉਂਦੇ ਹੈ ਇਸ ਸਾਲ ਵਾਹਿਗੁਰੂ ਸੀਚੇ ਵਾਲੀਆ, ਜੀਤ ਕੋਟਲੀ, ਫੌਜੀ ਸੀਓ ਮਾਜਰੇ ਵਾਲਾ, ਘੋੜਾ ਦੋਦੇ ਵਾਲਾ, ਗੁਲਜਾਰੀ ਸੁੰਨੜ, ਲੱਡੂ ਦੁਗਾਲ, ਅਮਿਤ ਗੁੱਜਰ ਤੇ ਪਰਵੀਰ ਬਾਪਰ ਦੇ ਨਾਲ ਇਸ ਇਲਾਕੇ ਦਾ ਕਹਿੰਦੇ ਨੌਜਵਾਨ ਸੋਨੀ ਸਿਆਂ ਦਾ ਉਦਵਾਲਾ ਯੂਰਪ ਖੇਡਣਗੇ, ਤੇ 7 ਪਲੇਅਰ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਦੇ ਇਸ ਸਾਲ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਣਗੇ। ਆਓ ਸੁਲਤਾਨ ਇਸ ਵੇਲੇ ਕਬੱਡੀ ਪਾ ਰਿਹਾ ਹੈ, ਫਰਿਆਦ ਫਰਿਆਦ ਤੇ ਸੁਲਤਾਨ ਪੁਆਇੰਟ ਰੇਡਰ ਦਾ ਹੈ। ਸੁੱਖੇ ਗਰੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਮੈਟਰੋ ਕਬੱਡੀ ਕਲੱਬ ਸਿਡਨੀ ਵਾਲੇ ਦਾ ਹੈ। 21,000 ਇੰਦਰਪਾਲ ਦੇ ਲਈ ਸਨਮਾਨ ਹੋਵੇਗਾ, 500 ਪ੍ਰਤੀ ਜੱਫੇ ਦਾ ਹੋਣਾ ਹੈ। ਨਾਟ ਝੋਟ ਛਪਾਰ ਪਿੰਡ ਵਾਲਾ, ਦੂਜੇ ਪਾਸੇ ਲੱਖਾਂ ਫਰੀਦਕੋਟੀਆ, ਲੱਖਾਂ ਸਰਾਵਾਂ ਵਾਲਾ ਲਾ ਤੱਕੜਾ, ਪਰ ਨਹੀਂ ਪੁਆਇੰਟ ਨਾਟ ਝੋਟ ਦੇ ਕਹਿੰਦੇ ਹਿੱਸੇ ਦਰਬਾਈ ਸਤਨਾਮ ਯੂਐਸਏ ਜੀ ਛਪਾਰ ਵਾਲੇ ਕਹਿੰਦੇ ਵੀ ਨਾਟ ਝੋਟ ਜਿੰਨੇ ਨੰਬਰ ਲਵੇਗਾ ਉਨੀ ਮਾਨ ਸਨਮਾਨ ਜਿਹੜੇ 500 ਦੇ ਕੀਤੇ ਜਾਣਗੇ। ਲਓ ਲੁੱਦਰ ਦੀ ਕਹਿੰਦੇ 4,000 ਦੀ ਪਹਿਲੀ ਰੇਡ ਰੁਪਿੰਦਰ ਕਰ ਵੀ ਗੱਲ, 4,000 ਹੈ ਜੇ ਕਹਿੰਦੇ 2,000 ਦੇ ਨੇ ਤੇ 2 ਨੋਟ ਨੇ। ਔਰ ਸਾਹਮਣੇ ਵੇਖਣਾ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਸੰਦੀਪ ਲੁੱਦਰ ਕਬੱਡੀ ਪਾ ਰਿਹਾ, ਸੰਦੀਪ ਲੁੱਦਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਔਰ ਨਹੀਂ ਰਿਸਾ ਉਧਰ ਆਸ਼ੀਸ਼ ਅਹਿਮਦਗੜ, ਪ੍ਰਿੰਸ ਕਲਸੀ, ਨਵਦੀਪ ਉਹਨਾਂ ਦਾ, ਬਿੰਦਾ ਗਰੇਵਾਲ ਤੇ ਨਵੀਂ ਉੱਪੀ ਉਹਨਾਂ ਦਾ, ਤੇ ਤੂਫਾਨ ਗਿੱਲ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਭੀਮ ਸਿੰਘ ਜੀ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ। ਤੋਲੇ ਵਾਲੀ ਆ ਭੀਮ ਕਹਿੰਦੇ ਆਇਆ ਹੋਇਆ ਐਸਓਆਈ ਦੇ ਵਿੱਚ, ਬਹੁਤ ਵੱਡਾ ਨਾਮ ਹੈ। ਔਰ ਸਾਹਮਣੇ ਸੈਦੋ ਵਾਲੀ ਜੱਗੂ ਦੀ ਰੇਡ ਹੈ, 4 ਜਾਫੀ ਨੇ, ਇੱਕ ਪਾਸੇ ਟੱਗੋ ਵਾਲਾ ਸ਼ਰਨਾ, ਆ ਦੂਜੇ ਪਾਸੇ ਵੱਡਾ ਭੱਜ ਗਿਆ ਹਵਾ ਹਵਾਈ ਹੋ ਕੇ ਮੇਰੇ ਵੀਰੇ, ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ। ਇਹ ਹੈ ਸੈਦੋ ਵਾਲੀ ਆ ਜੱਗੂ, ਸੈਦੋ ਵਾਲੀ ਆ ਜੱਗੂ ਕਿ ਲੱਖ ਲੱਖ ਦੀ ਪਊ ਕਬੱਡੀ, ਜੱਫਾ ਵੀ ਲੱਖ ਲੱਖ ਦਾ,
ਵਿਆਹ ਜਿੰਨਾ ਅੱਛਾ ਹੁੰਦਾ ਕਮਲੀਏ ਸੈਦੋਵਾਲ ਦੇ ਕੱਪ ਦਾ, ਸੈਦੋਵਾਲ ਦਾ ਕੱਪ ਵੀ ਦੁਨੀਆਂ ਦੇ ਵਿੱਚ ਇਤਿਹਾਸ ਰਚ ਗਿਆ, ਪਰ ਆਹ ਮੁੰਡੇ ਦਾ ਜੱਫਾ ਜਿਹੜਾ ਉਹ ਦੁਨੀਆਂ ਦੇ ਵਿੱਚ ਦੇਖਿਆ ਗਿਆ। ਇਹ ਲੱਲੀਆਂ ਵਾਲਾ ਅਮਨ ਪ੍ਰਭਦੀਪ ਸਿੰਘ ਹੈ, ਜਿਹਨੂੰ ਪਿਆਰ ਦੇ ਨਾਲ ਬਿੱਲੀ ਕਹਿੰਦੇ ਹੈ। ਸੰਧੂ ਚੱਠੇ ਵਾਲਾ ਮਨੀ ਕੈਨੇਡਾ ਤੋਂ ਮੈਚ ਖੇਡਣ ਦੇ ਲਈ ਆਇਆ ਔਰ ਸਾਹਮਣੇ ਚਾਰ ਜੱਫਿਆਂ ਤੇ ਧਾਵਾ ਬੋਲ ਦਿੱਤਾ ਹੈ ਰੋਇਲ ਕਿੰਗ USA ਦੀ ਟੀਮ। ਔਰ ਦੂਜੇ ਪਾਸੇ ਸ਼ਰਨਾ ਫਿਰ ਕੋਸ਼ਿਸ਼ ਕਰਦਾ ਹੈ ਤੇ ਸਕੋਰ ਬੋਲ ਵੱਲ ਨਜ਼ਰ ਮਾਰੀਏ, 13.5 ਤੇ 9 ਅੰਕ ਨੇ ਮੇਰੇ ਵੀਰੋ। ਸ਼ਾਹਕੋਟ ਤੇ ਰੋਇਲ ਕਿੰਗ ਦਾ ਮੈਚ ਜਿਹੜਾ ਹੈ ਦੁਨੀਆ ਤੱਕ ਰਹੀ ਹੈ ਔਰ ਨੌਜਵਾਨ ਥਿੰਦ ਪਰਿਵਾਰ ਦਾ ਦਲਵੀਰ ਰੇਡ ਪਾ ਰਿਹਾ। ਲਓ ਦਲਵੀਰ ਮਨਾਉਣੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ, ਉਧਰ ਭੀਮ ਪੜੈਤ ਜੀ ਤੋਲੇਵਾਲ ਤੇ ਕਾਲਾ ਗਿੱਦੜੀ ਜੀ ਉਹ ਕਹਿੰਦੇ ਵੀ ਤੋਕਾਂ ਵਾਲ ਦੇ ਜੱਫਿਆਂ ਤੇ ਵੱਡੇ ਮਾਰ ਦਿੱਤੇ ਜਾਣਗੇ ਇਹਨਾਂ ਵੀਰਾਂ ਵੱਲੋਂ। ਲਓ ਕਹਿੰਦੇ ਮਨਾਉਣੇ ਵਾਲੇ ਦਲਵੀਰ ਦੀ ਪੈਂਦੀ ਹੋਈ ਕਬੱਡੀ ਦੇ ਉੱਪਰ ਇੰਦਰਜੀਤ ਵਰਗੇ, ਪਰ ਆ ਕਹਿੰਦੇ ਫਰਿਆਦ ਲਈ ਹੈ ਇਹਦੀ ਯਾਰੀ ਹੈ ਕਹਿੰਦੇ ਬੱਲੇ ਪਿੰਡ ਦੇ ਸ਼ੀਰੇ ਦੇ ਨਾਲ, ਇਹਦਾ ਬੜਾ ਪਿਆਰ ਹੈ ਕਹਿੰਦੇ ਇੱਕ ਪੂਰੇ ਪਿੰਡ ਦੇ ਮੰਨੇ ਸੰਧੂ ਦੇ ਨਾਲ। ਲਓ ਫਰਿਆਦ ਨੇ ਜੱਫਾ ਲਾ ਲੈ ਵੀ ਪੱਪੂ ਖੰਨੇ ਵਾਲਿਆਂ, ਰਿਚਮੈਂਟ ਯੂਨਾਈਟਡ ਵਾਲਿਆਂ ਨੇ ਦੂਸਰੇ ਸਾਲ ਵੀ ਚੋਣ ਕਰ ਲਈ ਹੈ ਹਰਪ੍ਰੀਤ ਉਹਨਾਂ ਨੇ। ਮੰਨਾ ਸੰਧੂ ਕਪੂਰਿਆਂ ਵਾਲਾ ਹੈ, ਨਾਲ ਸ਼ੀਰੇ ਮੱਲੇ ਹੋਣੀ ਹੈ, ਸੁਖ ਬਰਾੜ ਹੋਣੀ ਹੈ, ਨਿਰਮਲ ਗਿੱਲ ਹੋਣੀ ਹੈ, ਸਾਰੇ ਮੀਕੇ ਹੁੱਠੀ ਉਹਨਾਂ ਦਾ, ਅਵਤਾਰ ਢੇਸੀ ਉਹਨਾਂ ਦਾ, ਸਾਰਿਆਂ ਦਾ ਧੰਨਵਾਦ, ਵੱਡਾ ਯੋਗਦਾਨ ਹੈ। ਆਓ ਤੁੱਕਾਂ ਵਾਲਾ ਫੈਨ ਜੀ ਦੀ ਵੱਧ ਦੁਨੀਆ, ਅਖਵਾਉਂਦਾ ਕਿਸੇ ਗੱਲੋਂ ਨਾ ਘੱਟ ਬੱਲੀਏ, ਪਰ ਮੁੰਡਾ ਠੀਕਰੀ ਵਾਲੀਆ ਵੀ ਕਰਾਉਂਦਾ ਪੂਰੀ ਅੱਤ ਬੱਲੀਏ, ਅੱਤ ਹੋ ਖੁਸ਼ੀ ਤੇ ਗੁਰਪ੍ਰੀਤ ਠੀਕਰੀ ਵਾਲੀਆ ਦੀ ਟੱਕਰ, ਟੱਕਰ ਬੱਬਰ ਸ਼ੇਰਾਂ ਦੀ, ਟੱਕਰ ਬੱਬਰ ਸ਼ੇਰਾਂ ਦੀ। ਆਓ ਦੁੱਗਾ ਬਣਾ ਆਓ ਮੁੰਡਿਆ, ਐਕਸ਼ਨ ਤਾਂ ਮਾਰ ਜਾ ਹੁਣ, ਸਵਾਦ ਦੇ ਦੇ ਦੁਨੀਆ ਨੂੰ, ਆ ਸਵਾਦ ਲੈਣ ਆਏ ਹੈ ਉਹ ਜਿਹੜੇ ਜਿਹੜੇ ਖੁਸ਼ੀ ਦੀ ਖੇਡ ਨੂੰ ਪਿਆਰ ਕਰਦੇ। ਇੱਕ ਵਾਰੀ ਦਰਸ਼ਨ ਮਨੀਲਾ ਤੇ ਗੁਰੀ ਵਧਰਾਵਾ ਜੀ 500 ਰੁਪਇਆ ਖੁਸ਼ੀ ਦੇ ਲਈ ਪੈਦਾ ਕਰਦੇ ਆ। ਲਓ ਮੈਚ ਥੋੜਾ ਗਰਮ ਹੋ ਗਿਆ ਕਿ ਮੁੜਕੋ ਮੁੜਕੀ ਹੋ ਗਿਆ, ਵੇਖੋ ਚੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਪਰਾਂ ਦਾ, ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ, ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ। ਉਧਰ ਸੀਰੀ ਆਸਟ੍ਰੇਲੀਆ ਨਾਲ ਕਹਿੰਦੇ ਮਨਿੰਦਰ ਆਸਟ੍ਰੇਲੀਆ ਵੱਲੋਂ ਸੁਲਤਾਨ ਦੀਆਂ ਰੇਡਾਂ 1000 ਦੀਆਂ, ਪਰ ਆਹ ਕੌਡੀ ਕਹਿੰਦੇ 4000 ਦੀ ਦੂਜੀ ਰੇਡ ਹੈ ਲੁੱਦਰ ਦੀ ਕਬੱਡੀ। ਉਧਰ ਡੋਡੀ ਸਰਪੰਚ ਵੱਲੋਂ ਸੀਰੀ ਆਸਟ੍ਰੇਲੀਆ ਵਾਲੇ ਵੱਲੋਂ ਵੀ ਵੱਡੇ ਮਾਣ। ਲਓ ਸਾਹਮਣੇ ਵੇਖਾਂਗੇ ਵੀ ਕੀਤੀ ਟਰਾਈ ਇੰਦਰਜੀਤ ਨੇ ਤੇ ਨੰਬਰ ਜਿਹੜਾ ਉਹ ਲੁੱਦਰ ਦੇ ਕਹਿੰਦੇ ਹਿੱਸੇ ਜੁੜਦਾ ਹੋਇਆ, ਨਾਲ ਝੋੜ ਦੀ ਕਬੱਡੀ ਹੈ। ਉਧਰ ਸਾਡੇ ਵੀਰ ਕਹਿ ਰਿਹਾ ਹੈ ਭੀਮ ਬੜੈਦ ਹੋਣੀ ਵੀ ਦੁੱਗਿਆਂ ਵਾਲ ਦੇ ਜੱਫੇ ਤੇ ਵੱਡੇ ਸਨਮਾਨ ਹੋਣਗੇ। ਸਤਨਾਮ ਛਪਾਰ ਅਮਰੀਕਾ ਵਾਲੇ ਵੱਲੋਂ ਨਾਟ ਝੋਟ ਜਿੰਨੇ ਨੰਬਰ ਨੂੰ ਉਹਨੇ ਵੱਡੇ ਮਾਣ। ਦਿਲਬਰਾ ਦਿਲਬਰਾ ਤਿਲਕ ਤਿਲਕ ਕੇ ਡਿੱਗਦਾ ਸੰਦੀਪ ਤਜਰਬੇਕਾਰ ਦੇ ਨਾਲ ਝੋ, ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣਵੀ, ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣਵੀ। ਇਹ ਹੈ ਸਵਰਨ ਸਿੰਘ ਸੰਧੂ ਦਾ ਪੁੱਤਰ, ਕਬੱਡੀ ਦਾ ਗਲੇਡੀਏਟਰ, 19 ਸਾਲ ਹੋ ਗਏ ਹੈ ਕਈਆਂ ਦੀ, ਇੱਥੇ 19 ਸਾਲ ਦੀ ਉਮਰ ਹੋਣੀ ਹੈ ਤੇ ਇਹਨੂੰ ਖੇਡਦੇ ਨੂੰ 19 ਸਾਲ ਹੋ ਗਏ ਮੇਰੇ ਵੀਰੋ। ਇਹ ਹੈ ਦੁਨੀਆ ਦਾ ਮਹਾਨ ਜਾਫੀ ਸੰਦੀਪ ਨੰਗਲੰਬੀਆਂ ਵਾਲਾ ਹੈ ਔਰ ਸੁਲਤਾਨ ਅਗਲੀ ਰੇਡ ਭਾ ਰਿਹਾ, ਸੁਲਤਾਨ ਦਿੱਲੀ ਦਾ ਵੀਰ ਹੈ। ਜਾਫੀ 4 ਨੇ ਇੱਕ ਵਾਰੀ ਚੇਨ, ਪਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ, ਸੁਲਤਾਨ ਸੁਲਤਾਨ ਪੁਆਇੰਟ ਰੇਡਰ ਦਾ, ਭੀਮ ਸਿੰਘ ਜੀ ਤੋਲੇਵਾਲ, ਗਗਨ ਦਿਓਲ ਹੋਣਾ ਦਾ, ਦੀਪਾ ਲਸੋਈ, ਲੱਕੀ ਲਸੋਈ,
ਤੇ ਬਿੱਟੂ ਕੈਨੇਡਾ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਉਹ ਵੀ ਸਾਡੇ ਵੀਰ ਨੇ ਅਚੇਚੇ ਤੌਰ ਤੇ ਪੁੱਜੇ ਆ। ਇਧਰ ਕਾਲੇ ਘੁੜਾਣੀ ਦਾ ਧੰਨਵਾਦ ਹੈ, ਰੌਣੀ ਵਾਲੇ ਹਰਦੀਪ ਦਾ ਧੰਨਵਾਦ ਹੈ। ਆਓ ਸਾਡੇ ਵਾਲੀ ਜੱਗੂ ਦੀ ਰੇਡ ਹੈ, ਜ਼ਿਲ੍ਹਾ ਕਪੂਰਥਲਾ। ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ, ਵੱਡੇ ਮੱਲ ਖੇਡ ਕਬੱਡੀ ਦੇ ਮਾਝੇ ਮਾਲਵੇ ਦੁਆਬੇ ਦੀ ਧਰਤੀ ਨੇ ਉਹ ਪੈਦਾ ਕਰ ਦਿੱਤੇ ਹੈ। ਕਰੀ ਮਿਹਰ ਬੜੀ ਹੈ ਬਾਬੇ ਨੇ, ਮਾਝੇ ਮਾਲਵੇ ਧੁੰਮਾ ਦੁਆਬੇ ਨੇ ਮੁੰਡਾ ਇੱਜ਼ਤਦਾਰ ਘਰਾਣੇ ਦਾ, ਮਾਝੇ ਮਾਲਵੇ ਧੁੰਮਾ ਦੁਆਬੇ ਨੇ, ਮਾਝੇ ਮਾਲਵੇ ਦੁਆਬੇ ਧੁੰਮਾ ਨੇ। ਸੰਦੀਪ ਲੁੱਦਰ ਦੀ ਹੈ ਵੀ ਜਿਹੜੇ ਮੇਲੇ ਤੇ ਆ ਜਾਂਦਾ ਨਾ ਸੇੜੀ ਵਾਲੇ ਭੀਮੇ ਵਾਂਗੂ, ਨਵੇਂ ਪਿੰਡੀਏ ਭਿੰਦਰ ਵਾਂਗੂ ਗਰਾਊਂਡ ਭਰੀ ਭਰੀ ਲੱਗਦੀ ਹੈ। ਆਓ ਫਰਿਆਦ 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 ਲੁੱਦਰ ਦੇ ਲਈ ਵੀ ਕਹਿੰਦੇ 4000 ਹੈ ਬਾਈ ਬਲਵਿੰਦਰ ਸਿੰਘ ਜੀ ਸਾਰਨ ਮਾਜਰਾ, 3000 ਉਹਨਾਂ ਵੱਲੋਂ, 1000 ਰੁਪਇਆ ਕਹਿੰਦੇ ਨੋਟੀ ਸਰਪੰਚ ਵੱਲੋਂ ਚੈਨੀ ਗੋਸਲ, ਇਹਨਾਂ ਵੱਲੋਂ 1000 ਲੁੱਦਰ ਦੇ ਲਈ। ਰਵੀ ਉਣੀ ਨਾਲ ਬਿੱਲੂ ਸਰਪੰਚ ਜੀ ਬੁਲਾਰੇ ਵਾਲੇ 1000 ਰੁਪਇਆ ਖੁਸ਼ੀ ਦਾ ਦੇਣਗੇ ਜੱਫੇ ਦਾ ਮੇਰੇ ਵੀਰੋ ਬਿੱਲੂ ਸਰਪੰਚ ਜੀ ਉਹਨਾਂ ਦਾ ਧੰਨਵਾਦ ਹੈ। ਮਨੀ ਸੰਧੂ ਚੱਠੇ ਵਾਲਾ ਮਨੀ ਹੈ। ਸੋ ਬੜਾ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ, ਬੜਾ ਵਧੀਆ ਮੈਚ। ਉੱਧਰ ਕਹਿੰਦੇ ਰਮਨ ਯੂ ਐਸ ਏ, ਰਵੀ ਬੇਰਕਲਾਂ, ਵਿੱਕੀ ਆਸਟ੍ਰੇਲੀਆ, ਜਿੰਦਰ ਇੰਦਰ ਯੂ ਐਸ ਏ ਦੇ ਕਾਲਾ ਕਢਾਣੀ ਸਰਪੰਚ ਹੈ। ਸਰਪੰਚ ਸਾਹਿਬ ਮੈਚ ਬੈਠ ਕੇ ਵੇਖਣ ਵਾਲਾ, ਕੋਈ ਗੱਲ ਨਹੀਂ ਮਹਿਮਾਨ ਆ ਰਹੇ ਹੈ, ਪਰ ਆਹ ਮੈਚ ਜਿਹੜਾ ਯਾਦਗਾਰੀ ਮੈਚ ਹੈ ਸਰਪੰਚ ਦੀ। ਕਹਿੰਦੇ ਸਰਪੰਚ ਦਾ ਜਿਹੜਾ ਅਹੁਦਾ ਉਹ ਵੱਡਾ ਹੁੰਦਾ, ਪਰ ਜਦੋਂ ਸੰਮਤੀ ਨਾਲ ਬੰਦਾ ਬਣੇ ਨਾ ਤੇ ਫੇਰ ਸਵਾਦ ਹੋਰ ਹੁੰਦਾ। ਉਹੀ ਬੰਦਾ ਬਣਦਾ ਜਿਹਨੂੰ ਪਿੰਡ ਮਾਣ ਬਖਸ਼ਦਾ। ਛੋਟੀ ਵੀਰਿਆ ਕਿੰਨੀ ਉਮਰ ਹੈ? 28 ਸਾਲ ਦੀ ਉਮਰ ਹੈ ਮੇਰੇ ਵੀਰਿਓ। ਜਿਹੜੇ ਜਿਹੜੇ ਪਿੰਡਰੀ ਸਰਪੰਚ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਆਹ ਲੋਕਾਂ ਨੇ ਸਰਪੰਚ ਬਣਾਇਆ ਸਰਬਸੰਮਤੀ। ਇਹ ਹੁੰਦਾ ਪਿਆਰ, ਜਿਹੜਾ ਬੰਦਾ ਵਰਤਦਾ ਨਾ ਕਿਸੇ ਨਾਲ ਤੇ ਉਹਦੇ ਤੇ ਸੰਮਤੀਆਂ ਹੁੰਦੀਆਂ ਨੇ, ਨਹੀਂ ਤੇ ਵੋਟਾਂ ਹੀ ਪੈਂਦੀਆਂ, ਨਹੀਂ ਲੱਖਾਂ ਲੱਗਦੇ ਆ, ਲੜਾਈਆਂ ਹੁੰਦੀਆਂ। ਸਾਡੇ ਪਿੰਡ ਵੀ ਦੋ ਵਾਰੀ ਗੋਲੀਆਂ ਚੱਲ ਗਈਆਂ, ਅਸੀਂ ਤੇ ਬਥੇਰੀ ਕੋਸ਼ਿਸ਼ ਕੀਤੀ ਸੀ ਵੀ ਸਰਬਸੰਮਤੀ ਹੋ ਜੇ, ਪਰ ਉਹ ਪਿੰਡ ਭਾਗਾਂ ਵਾਲੇ ਆ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਕੀਤੀਆਂ ਨੇ। ਲੈ ਵੀ ਪਿੰਦਰੀ ਮੁਬਾਰਕਬਾਦ ਹੈ, ਵੱਡਾ ਕੱਪ ਹੈ ਇਸ ਸਾਲ। ਜਿਹੜੇ ਪ੍ਰਬੰਧ ਵੱਡੇ ਨੇ, ਜੇ ਕੋਈ ਕਮੀ ਰਹਿ ਵੀ ਗਈ ਹੈ ਤੇ ਦਿਲ ਨਹੀਂ ਛੱਡਣਾ। ਪਿੰਦਰੀ ਕਹਿੰਦਾ ਵੀ ਅਗਲੇ ਸਾਲ ਜਿਹੜੀ ਆਪਾਂ ਉਹ ਜਿਹੜੀ ਕਸਰ ਹੈ ਉਹ ਕੱਢ ਦੇਵਾਂਗੇ, ਜਿਹੜੀ ਕਸਰ ਹੈ ਉਹ ਕੱਢ ਦੇਵਾਂਗੇ। ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ। ਹਾਫ ਸਮੇਂ ਦੇ ਵਿੱਚ ਰੋਇਲ ਕਿੰਗ ਯੂ ਐਸ ਏ ਦੇ 18.5 ਪੁਆਇੰਟ ਨੇ ਔਰ ਸ਼ਾਹਕੋਟ ਦੇ 16 ਪੁਆਇੰਟ ਨੇ, ਮਤਲਬ ਰੋਇਲ ਕਿੰਗ ਯੂ ਐਸ ਏ ਲਗਭਗ 2 ਪੁਆਇੰਟ ਅੱਗੇ ਚੱਲ ਰਹੀ ਹੈ। ਔਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹ ਮੈਚ ਨੂੰ ਕੀ ਰੋਇਲ ਕਿੰਗ ਦੀ ਟੀਮ ਜਿੱਤ ਸਕਦੀ ਹੈ ਜਾਂ ਫਿਰ ਖੁਸ਼ੀ ਵਰਗੇ, ਸੰਦੀਪ ਵਰਗੇ, ਸੁਲਤਾਨ ਵਰਗੇ ਇਸ ਮੈਚ ਦੇ ਵਿੱਚ ਆਉਣ ਵਾਲੇ ਹਾਫ ਦੇ ਵਿੱਚ ਲੀਡ ਕਰ ਜਾਂਦੇ ਨੇ। ਆਓ ਦੇਖਦੇ ਹਾਂ ਇਸ ਮੈਚ ਨੂੰ, ਥੰਬਸ ਅਪ ਦਾ ਬਟਨ ਕਲਿੱਕ ਜ਼ਰੂਰ ਕਰ ਦਿਓ। ਉਧਰ ਅਮਰੀਕਾ ਸਰਪੰਚ ਜੀ ਵੀ ਸਾਡੇ ਦਰਮਿਆਨ ਆਇਆ ਦੂਜੇ ਹਾਫ ਦੇ ਲਈ, ਅਮਰੀਕ ਖੋਸੇਕੋਟ ਦੇ ਵੱਲ। ਅਮਰੀਕ ਪਿੰਕਾ ਜੀ ਮੁਬਾਰਕਬਾਦ ਹੈ, ਕੱਲ ਤੁਹਾਡੀ ਗੈਰ ਹਾਜ਼ਰੀ ਵੀ ਲੱਗੀ ਹੈ। ਆਓ ਸਾਹਮਣੇ ਸੁਲਤਾਨ 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 ਤੇ ਇੰਦਰਜੀਤ ਕਲਸੀਆਂ ਪਿੰਡ ਵਾਲਾ ਗਗਨ ਜਲਾਲ ਦਾ ਸਾਥੀ ਖਿਡਾਰੀ ਹੈ। ਗਗਨ ਜਲਾਲ ਨਹੀਂ ਰਹਿ ਇਸ ਦੁਨੀਆਂ ਦੇ ਵਿੱਚ ਮੇਰੇ ਵੀਰੋ, ਉਹਦਾ ਸਾਥੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਦਾ ਹੈ। ਔਰ ਸਾਹਮਣੇ ਸ਼ਿੰਦਾ ਬੋਪਾ ਰਾਮਾ ਵਾਲਾ ਸ਼ਿੰਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ। ਮਹਾਨ ਕਬੱਡੀ ਖਿਡਾਰੀ ਸ਼ੀਰੇ ਬੋਪਾ ਰਾਇਵਾਲ ਦਾ ਕਜ਼ਨ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ। ਇਹ ਹੈ ਬੋਪਾ ਰਾਇਵਾਲਾ ਸ਼ਿੰਦਾ। ਲੁੱਦਰ ਫੇਰ ਆ ਗਿਆ
ਅਮਰੀਕ ਸਿੰਘ ਖੋਸਿਆਂ ਵਾਲਿਆ ਮਾਂ ਕੁਲਦੀਪ ਕੌਰ ਦੇ ਪੁੱਤਰਾ ਕਰ ਵੀ ਗੱਲ ਨੌਜਵਾਨ ਲੋਧਰ ਫੇਰ ਆ ਗਿਆ ਰੇਡ ਪਾਉਣ ਦੇ ਲਈ ਉਧਰ ਸਨੀ ਜੋਸ਼ੀ ਅਹਿਮਦਗੜ੍ਹ ਨਾਲ ਗੋਲੀ ਦੇਰ ਕਲਾ ਇੰਦਰਜੀਤ ਸਰਪੰਚ ਹੋਣੀ ਬਿੰਦਰੀ ਬਾਈ ਦੇ ਨਾਲ ਪਿਆਰ ਹੈ ਬਾਈ ਕਾਲੇ ਹੁਣਿਆਂ ਦੇ ਨਾਲ ਵੱਡੇ ਮਾਨ ਨੇ ਜੱਸੇ ਦੇ ਲਈ ਬਹੁਤ ਵੱਡਾ ਧੰਨਵਾਦ ਆਏ ਲਓ ਜੱਫੂ ਵੀ ਕਹਿੰਦੇ ਰੇਡ ਪੈ ਰਹੀ ਹੈ ਜੇ ਫਿਰ ਕਹਿੰਦੇ ਚਾਰ ਦੇ ਚਾਰੇ ਦੇ ਚਾਰੇ ਪਿਆਰ ਨੇ ਵੱਟਾਂ ਦੇ ਥਾਪੀਆਂ ਵੱਜ ਰਹੀਆਂ ਹੈ ਜੱਗੂ ਕਹਿੰਦੇ ਸੇਦੋ ਵਾਲੀ ਹੈ ਕਹਿੰਦੇ ਧਰਤ ਦੁਆਬੇ ਦੀ ਸਾਹਮਣੇ ਢੰਗ ਲੰਬੀਆਂ ਨਾਲ ਆਏ ਬਟਾ ਪੰਜਾਬ ਕੋਲ ਦੀ ਵੱਡੀ ਕਿਰਪਾ ਹੈ ਧਰਤ ਦੁਆਬੇ ਦੀ ਇੱਧਰ ਲਾਲੂ ਦਹਿਲੀ ਜੀ 500 ਦੇਣਗੇ ਖੁਸ਼ੀ ਦੇ ਜੱਫੇ ਦਾ ਇਹਨਾਂ ਬੋਲਾਂ ਦਾ ਵੀ ਮਾਣ ਕੀਤਾ ਜਾ ਰਿਹਾ ਹੈ ਬਲਵੀਰ ਪਿੰਟੂ ਜੀ ਪੰਜਾਬ ਰਾਜ ਬਿਜਲੀ ਬੋਰਡ ਹੈ ਨਾਲ ਲੱਕੀ ਕੁਰਾਲੀ ਹੈ ਨਾਲ ਕਹਿੰਦੇ ਚੰਨਾ ਆਲਮਗੀਰੀ ਹੈ ਨਾਲ ਪ੍ਰੀਤਮ ਪ੍ਰਵਾਨ ਹੈ ਨਾਲ ਗੋਗੀ ਜਰਗੜੀ ਹੈ ਇਧਰਲੇ ਪਾਸੇ ਸੁੱਖੀ ਝੂੰਦਾ ਤੇ ਨਾਲ ਕੁਰਾਲੀ ਵਾਲਾ ਦੀਪਾ ਕਹਿੰਦਾ ਅੱਜ ਮੈਂ ਲਾਈਵ ਕਰਨ ਨਹੀਂ ਆਇਆ ਅੱਜ ਮੈਂ ਆਪਦੇ ਯਾਰਾਂ ਦੇ ਮੇਲੇ ਤੇ ਆਇਆ ਆਓ ਸਾਹਮਣੇ ਆਦਮ ਵਾਲੀਆ ਸਨੀ ਮੇਰੇ ਵੀਰੋ ਤੇ ਪੁਆਇੰਟ ਦਲਵੀਰ ਥਿੰਦ ਦਾ ਕਬੱਡੀ 365.com ਦਾ ਟੀਮ ਪੰਜਾਬੀ ਦਾ ਫਾਸਟਵੇ ਚੈਨਲ ਦਾ ਡੇਲੀ ਨਿਊਜ਼ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਘਰਾਂ ਦੇ ਵਿੱਚ ਬਿਠਾ ਦਿਖਾਈ ਜਾ ਰਹੀ ਹੈ ਕਬੱਡੀ ਇਹਨਾਂ ਵੀਰਾਂ ਦਾ ਧੰਨਵਾਦ ਤੈਨੂੰ ਵੈਬਸਾਈਟ ਦਾ ਔਰ ਸਾਹਮਣੇ ਮਨੀ ਸੰਧੂ ਚੱਠਾ ਪਿੰਡ ਹੈ ਮੇਰੇ ਵੀਰਿਓ ਜੀਤੇ ਹੁਣਾਂ ਦਾ ਪਿੰਡ ਹੈ ਔਰ ਦੂਜੇ ਪਾਸੇ ਖੁਸ਼ੀ ਕੋਈ ਦੁੱਗ ਦੁੱਗ ਕਹਿੰਦਾ ਕੋਈ ਪ੍ਰਿੰਸ ਕਹਿੰਦਾ ਔਰ ਸਾਹਮਣੇ ਦੁੱਗਾ ਪਿੰਡ ਵਾਲਾ ਖੁਸ਼ੀ ਐਕਸ਼ਨ ਐਕਸ਼ਨ ਜ਼ਰੂਰੀ ਹੈ ਅਰਮਨ ਗਰੇਵਾਲ ਕੈਨੇਡਾ ਤੇ ਨਾਲ ਮਨਿੰਦਰ ਗੋਸਲ ਜੀ ਖੁਸ਼ੀ ਦੇ ਲਈ 1000 ਦੇ ਜਿਹੜੇ ਵੱਡੇ ਮਾਣ ਹੋਣਗੇ ਅਮਰੀਕ 500 ਖੁਸ਼ੀ ਦੇ ਐਕਸ਼ਨ ਦਾ ਤੇ 500 ਜੱਫੇ ਦਾ ਲਾਲੂ ਦਹਿਲੀਜ ਤੇ ਨਾਲ ਦਰਸ਼ਨ ਮਨੀਲਾ ਤੇ ਗੁਰੀ ਬਧਰਾਮਾ ਹੋਣਾ ਵੱਲੋਂ ਕੀਤਾ ਜਾ ਰਿਹਾ ਮਾਣ ਔਰ ਸੁਲਤਾਨ ਸ਼ਮਸ਼ਪੁਰੀਆ ਸਾਡੇ ਹਰਦੀਪ ਰਾਉਣੀ ਜੀ ਉਹਨਾਂ ਨੂੰ ਬੇਨਤੀ ਆ ਵੀ ਅਗਲਾ ਸਕੈਜੂਲ ਜ਼ਰੂਰ ਦੱਸ ਦੇਣ ਕਬੱਡੀ ਦੀ ਗੱਲ ਵੀ ਕਰ ਲਈਏ ਮੇਰੀ ਬੇਨਤੀ ਹੈ ਇੱਧਰ ਸਨੀ ਜੋਸ਼ੀ ਜੀ ਅਹਿਮਦਗੜ੍ਹ ਗੋਲੀ ਬੇਰ ਕਲਾ ਜੀ ਇੰਦਰ ਜੀ ਸਰਪੰਚ ਜੀ ਸਾਡੇ ਸਤਿਕਾਰਯੋਗ ਨੇ ਪਿੰਦਰੀ ਵੀਰੇ ਮੇਰੇ ਨਾਲ ਪਿਆਰ ਹੈ ਧੰਨਵਾਦ ਲਓ ਗੱਲ ਕਹਿੰਦੇ ਕਬੱਡੀ ਦੀ ਵੀ ਜ਼ਰੂਰੀ ਹੈ ਇਹ ਪਰ ਕਹਿੰਦੇ ਸ਼ਿੱਦਾ ਰੇਡ ਪਾਉਣ ਦੇ ਲਈ ਪਵਿਆ ਹੋਇਆ ਮੇਰੇ ਮਿੱਤਰ ਇੱਧਰ ਵੀਰ ਆਏ ਆ ਜਿਹਨਾਂ ਦਾ ਪਿਆਰ ਬਾਈ ਕਾਲੇ ਹੋਣਿਆਂ ਦੇ ਨਾਲ ਪਿੰਦਰੀ ਸਰਪੰਚ ਉਹਨਾਂ ਦੇ ਨਾਲ ਪਿਆਰ ਵੱਡਾ ਹੈ ਆਪਾਂ ਦਿਲੋਂ ਧੰਨਵਾਦ ਕਰਦੇ ਰੁਪਿੰਦਰ ਕਰ ਵੀ ਗੱਲ ਮੁੰਡੇ ਦੀ ਲਓ ਸੰਦੀਪ ਲੁੱਧਰ ਫੇਰ ਆ ਗਿਆ ਮੇਰੇ ਵੀਰੇ ਲੁੱਧਰ ਫੇਰ ਆ ਗਿਆ ਫਰਿਆਦ ਅਲੀ ਨੰਬਰਦਾਰਾਂ ਦੇ ਮੁੰਡਿਆ ਔਰ ਨਾਲ ਲੱਲੀਆਂ ਵਾਲਾ ਨਾਲ ਸ਼ੇਖ ਦੌਲਤ ਵਾਲਾ ਨਾਲ ਕਹਿੰਦੇ ਕਲਸੀਆਂ ਵਾਲਾ ਕਰਮੇ ਭਲਵਾਨ ਦਾ ਲੀਲਾ ਵਾਲੇ ਦਾ ਚੰਡਿਆ ਹੋਇਆ ਮੇਰੇ ਵੀਰੇ ਤੇ ਪੁਆਇੰਟ ਜਿਹੜਾ ਰੇਡਰ ਦਾ ਰਾਜਾ ਯੂਐਸਏ ਰਵੀ ਯੂਐਸਏ ਜੋਤੀ ਕੁੱਪਕਲਾ 1100 ਤੇ ਨਾਲ 5 ਖਿਡਾਰੀਆਂ ਦਾ ਮਾਨ ਸਨਮਾਨ ਵੀ ਹੋਵੇਗਾ ਲਓ ਸਾਹਮਣੇ ਫਿਰ ਦੇਖਾਂਗੇ ਜੱਗੂ ਸੈਦੋ ਵਾਲੀ ਆ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰ ਇੱਧਰ ਕਹਿੰਦੇ ਚਾਰ ਦੇ ਚਾਰੇ ਦੇ ਚਾਰੇ ਤਿਆਰ ਨੇ ਖੁਸ਼ੀ ਫੜ ਪਿਆਰੀ ਜਾਂ ਕਹਿੰਦੇ ਟੱਪੋ ਵਾਲੇ ਨੂੰ ਜਾਂ ਕਹਿੰਦੇ ਸਰਾਣਾ ਵਾਲੇ ਨੂੰ ਪਰ ਖੁਸ਼ੀ ਕਹਿੰਦਾ ਕਿਸੇ ਨੂੰ ਕਹਿਣਾ ਕੁਝ ਨਹੀਂ ਇਹ ਤੇ ਆਪ ਦੀ ਭਾਲ ਕੇ ਤੇ ਆਪ ਸੇਕੜੀ ਪੈਣੀ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਭੰਗੜੇ ਪੈ ਗਏ ਰੁਪਿੰਦਰਾ ਭੰਗੜੇ ਪੈ ਗਏ ਰੌਣੀ ਵਾਲਿਆ ਭੰਗੜੇ ਪੈ ਗਏ 2000 ਹਰਦੀਪ ਰੌਣੀ ਕਾਲੇ ਕੁੜਾਣੀ ਤੇ ਨਾਲ ਕਹਿੰਦੇ ਮੇਰੇ ਵੀਰੋ ਸਾਡੇ ਵੀਰਾਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਪਿੰਦਰੀ ਸਰਪੰਚ ਵੱਲੋਂ 1000 ਰੁਪਇਆ
ਸਨੀ ਲੋਹਾਰਾ ਤੇ ਪ੍ਰਦੀਪ ਲੋਹਾਰੇ ਵੱਲੋਂ 3000 ਹੋ ਗਿਆ ਜੀ। ਲਾਲੂ ਜੀ ਵੱਲੋਂ 535 ਰੁਪਇਆ ਲੈ ਕੇ ਜਾਈ ਇੰਦਰਪਾਲ। ਆ ਖੁਸ਼ੀ ਦੇ ਜੱਫੇ ਦਾ 3500 ਰੁਪਇਆ ਹੈ ਅਨੀ, ਚੱਲ ਆ ਫੜ ਵੀ ਨੌਜਵਾਨ 3500 ਜਿਹੜਾ ਖੁਸ਼ੀ ਦੇ ਜੱਫੇ ਦਾ। ਔਰ ਸਾਹਮਣੇ ਕਪੱਟੀ 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 ਸੰਦੀਪ ਨਾਟ ਝੋਟ, ਸੰਦੀਪ ਨਾਟ ਝੋਟ, ਸੰਦੀਪ ਨਾਟ ਝੋਟ। ਉਧਰ 500 ਰੁਪਇਆ ਨਾਟ ਝੋਟ ਦੇ ਲਈ ਸਤਨਾਮ ਯੂਐਸਏ ਕਾਲਾ ਭਲਵਾਨ ਯੂਐਸਏ ਸਾਡੇ ਵੀਰ ਨੇ ਕਾਲਾ ਗਿਦੜੀ ਕਾਲਾ ਗਿਦੜੀ ਭੀਮ ਬੜੈਚ ਤੇ ਪ੍ਰੀਤ ਗੱਲ ਵੱਲੋਂ ਖੁਸ਼ੀ ਦੇ ਜੱਫੇ ਦਾ 5000 ਆ ਗਿਆ ਜੀ। ਆ ਫੜ ਦਿਓ ਜਰਾ ਤੇ ਨਾਲ ਹਾਣੀ ਰੈਕਰਡਸ ਦਾ ਭੀਮ ਦੇ ਸਾਥੀ ਨੇ ਸਾਰੇ ਇੰਦਰਪਾਲ 5000 ਲੈ ਕੇ ਜਾਈ ਭੀਮ ਉਹਨਾਂ ਦੇ ਸਾਰੀ ਟੀਮ ਵੱਲੋਂ ਆਇਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆ ਲਾਲੂ ਜੀ ਉਹਨਾਂ ਵੱਲੋਂ 500 ਖੁਸ਼ੀ ਦੇ ਜੱਫੇ ਦਾ ਹੋਰ ਆ ਗਿਆ 5500। ਆ ਗਿੱਲੀ ਯਾਰ ਹੁਣ ਮੈਨੂੰ ਪਤਾ ਨਹੀਂ ਲੱਗਣਾ। ਔਰ ਸਾਹਮਣੇ ਫੁੱਲਾਂ ਸ਼ੁਸ਼ਕ ਵਾਲਾ ਫੁੱਲ ਹੈ ਕਮਾਲ ਕਰਦਾ ਹੋਇਆ ਖੁਸ਼ੀ ਦੇ ਹੈ। ਔਰ ਸਾਹਮਣੇ ਫੁੱਲਾਂ ਸ਼ੁਸ਼ਕ ਵਾਲਾ ਅਮਰੀਕ ਕਰੀ ਵੀ ਗੱਲ ਲਾਓ ਕਹਿੰਦੇ ਫੁੱਲੇ ਨੇ ਕਮਾਲ ਕਰ ਦਿੱਤੀ। ਉਧਰ ਪਿਆਰ ਨਾਲ 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 ਪਿਆਰ ਦੀ ਖੇਡ ਆ ਪਿਆਰ ਨਾਲ। ਉਧਰ ਪਿਆਰਾ ਮੰਡਲੀ ਸਾਊਂਡ ਆਵਾਜ਼ ਕਹਿੰਦੇ ਆਸ ਪਾਸ ਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਠਾਣ ਠਾਣ ਵੱਜਦੀ ਹੈ। ਪਿਆਰਾ ਮੰਡਲੀ ਸਾਊਂਡ ਦਾ ਧੰਨਵਾਦ ਹੈ। ਦਲਵੀਰ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਆ ਕਹਿੰਦੇ ਆਲਟੋ ਦਾ ਜੇਤੂ ਆਏ ਗੱਡੀਆਂ ਦਾ ਜੇਤੂ ਮੇਰੇ ਮਿੱਤਰੋ ਲਛਮਣ ਸਾਹਮਣੇ ਦੇਖ ਸਰਾਉਂਦ ਵਾਲਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੁਗਨੀ ਗਰੇਵਾਲ ਮਿਹਰਬਾਨ ਦਾ, ਦੁੱਗਾ ਵਾਲੇ ਖਾਨ ਦਾ, ਸੇਵ ਵਾਲੀਏ ਗੁਰਬਖਸ਼ ਦਾ ਤੇ ਨਾਲ ਰੂਪੇ ਰਮਾਣੇ ਦਾ, ਤਾਰੇ ਦੁਸਾਂਝਾਂ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਰੇ ਭਰਾਵਾਂ ਦਾ ਵੱਡਾ ਯੋਗਦਾਨ ਹੈ। ਪਿੰਦਰੀ ਕਹਿੰਦਾ ਵੀ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਰ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਓਏ ਸੱਚੇ ਯਾਰ ਨਹੀਂ ਕਹਿੰਦੇ ਪਰਖੇ ਸ਼ਰਦਾ ਕਹਿੰਦੇ ਘਰ ਤੱਕ ਪਿੱਛੇ ਆਇਆ ਹੈ। ਉਧਰ ਸ਼ਾਹ ਕੋਟੀਆਂ ਨੇ ਲੁੱਤਰ ਫੇਰ ਤੋੜਤਾ ਵੀ ਅੱਜ ਅਣਖਾਂ ਦੇ ਮਸਲੇ ਬਣੇ ਹੋਏ ਆ। ਖੁਸ਼ੀ ਨੂੰ ਠੇਕਰ ਵੀ ਲੋਕਾਂ ਨੇ ਕਹਿਣਾ ਦੁਆਬੇ ਵਾਲੇ ਘਰੇ ਆ ਗਏ ਹਰਾ ਗਏ। ਉਹ ਪੈਂਦੀ ਆ ਰੇਡ ਇੰਦਰਜੀਤ ਵਰਗੇ ਤਿਆਰ ਨੇ ਨਾਲ ਕਹਿੰਦੇ ਸ਼ੇਖ ਦੌਲਤ ਵਾਲਾ ਉਹ ਬੱਲੇ 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 ਹੋ ਗਈ ਮਿੱਤਰੋ ਨੰਬਰ ਲੁੱਤਰ ਦਾ ਰੁਪਿੰਦਰ ਕਰ ਵੀ ਗੱਲ ਮੁੰਡੇ ਲਓ ਸਾਹਮਣੇ ਲੁੱਤਰ ਦੀ ਰੇਡ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਕੇ ਵਾਪਸ ਗਿਆ ਨੌਜਵਾਨ ਪਰ ਸੈਕਿੰਡ ਬਟਰ ਬ੍ਰੇਕ। ਨਰਿੰਦਰ ਸੋਹੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬਾਈ ਨਿੰਮਾ ਜੀ ਸ਼ੇਰਪੁਰ ਮੱਖਣ ਘੁੰਗਰੂ ਹੋਣਾ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਅਗਲੀ ਗੱਲ ਰੁਪਿੰਦਰ ਜਲਾਲ ਜੱਗੂ ਆ ਗਿਆ ਸੈਦੋ ਵਾਲੀ ਹੈ ਜੱਗੂ ਜੱਗੂ ਹੋਈ ਪਈ ਹੈ। ਔਰ ਸਾਹਮਣੇ ਇੱਕ ਪਾਸੇ ਖੁਸ਼ੀ ਤੇ ਜੱਗੂ ਜੱਗੂ ਤੇ ਖੁਸ਼ੀ ਖੁਸ਼ੀ ਦੇ ਜੱਗੂ ਮੁਕਾਬਲਾ ਸਖਤ ਜ਼ੋਰ ਜ਼ੋਰ ਬਿਸ਼ਰਮ ਹੁੰਦਾ ਆਪਣੀ ਕਹਾਣੀ ਰਚ ਜਾਂਦਾ ਮੁਕਾਬਲਾ ਸਖਤ ਲੱਗੇ ਪਏ ਜ਼ੋਰ ਦੀ ਗੱਲ ਕਰੀਏ ਜੱਗੂ ਸਾਧੋ ਵਾਲੀਆ ਦੁੱਗਾ ਵਾਲਾ ਖੁਸ਼ੀ ਹੰਡੇ ਦੇ ਲਾ ਕੇ ਟੱਕਰ ਦੇ ਉਧਰ ਕਹਿੰਦੇ ਬੱਲੇ ਬੱਲੇ ਹੋ ਗਈ ਮਿੱਤਰ ਇੱਧਰ ਕਹਿੰਦੇ ਨੋਟਾਂ ਦਾ ਮੀਂਹ ਪ੍ਰਮਾਤਮਾ ਦੀ ਕਿਰਪਾ ਹੈ ਦੁਨੀਆਂ ਪਿਆਰ ਬੜਾ ਕਰਦੀ ਹੈ।
ਆਓ ਸਾਹਮਣੇ ਵੇਖਾਂਗੇ ਨੰਬਰ ਜਿਹੜਾ ਰੇਡਰ ਦਾ ਹੈ। ਪਰ ਕੁਛ ਕਾਰਨ ਨੇ, ਲੈ ਵੀ ਵੀਰੇ ਇੱਕ ਤੈਨੂੰ ਬੇਨਤੀ ਕਰਨੀ ਹੈ, ਤੂੰ ਮੇਰਾ ਭਰਾ ਹੈ ਪਰ ਹੁਣ ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਖੇਡ ਕਬੱਡੀ ਹੈ, ਹੱਥ 'ਚ ਫੜਾ ਦੀ, ਖਿਡਾਰੀ ਖੇਡ ਰਹੇ ਹੈ, ਖਿਡਾਰੀਆਂ ਦਾ ਮਾਣ ਕਰਨਾ ਤੇ ਆਪਾਂ ਹੱਥ 'ਚ ਫੜਾ ਕੇ ਕਰਨਾ, ਕੋਈ ਗੱਲ ਨਹੀਂ ਮੇਰੇ ਵੀਰੇ, ਬਹੁਤ ਬਹੁਤ ਧੰਨਵਾਦ ਹੈ ਖੱਟੜੇ ਵਾਲਿਆ ਵਿਸ਼ੇਸ਼ ਤੌਰ 'ਤੇ ਖਾਨਪੁਰ ਵਾਲਾ, ਹੱਥ 'ਚ ਫੜਾ ਦਿਓ ਕਿਉਂਕਿ ਕਬੱਡੀ ਹੋ ਰਹੀ ਹੈ, ਇੱਥੇ ਕੋਈ ਨਾਚ ਨਹੀਂ ਹੋ ਰਿਹਾ। ਸੋ ਬੇਨਤੀ ਆਪਾਂ ਪਿਆਰ ਸਤਿਕਾਰ ਦੇ ਨਾਲ ਆਓ ਸਾਹਮਣੇ ਵੇਖਦਾ ਵੀ ਮਨੀ ਸੰਧੂ ਚੱਠੇ ਵਾਲਾ ਰਿੰਪਲ ਖਾਨਪੁਰ ਤੇ ਕੁਲਵੀਰ ਖਾਨਪੁਰ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲੁੱਦਰ ਦੀ ਰੇਡ, ਲੁੱਦਰ ਦੀ ਰੇਡ ਤੇ ਸਾਹਮਣੇ ਚਾਰ ਰੇ, ਇਧਰ ਆ ਕਹਿੰਦੇ ਸਟਾਪ ਲੜ ਕੇ ਕੰਪਿਊਟਰ ਤੇ ਚੱਲਦੀ ਹੈ ਕਿਉਂਕਿ ਪਤਾ ਨਹੀਂ ਲੱਗਦਾ ਕਿਹੜਾ ਪਿੱਛੇ ਹਟ ਗਿਆ ਕਿਹੜਾ ਭੱਜ ਕੇ ਆ ਗਿਆ। ਇਹ ਸਿਆਣੇ ਰੇਡਰੀ ਕਹਿੰਦੇ ਕਾਢਾ ਕੱਢਦੇ ਆ, ਲਓ ਸਾਹਮਣੇ ਲੁੱਦਰ ਨੂੰ ਪਤਾ ਹੈ ਵੀ ਜੇ ਕਿਤੇ ਲੱਤਾਂ ਚ ਵੜ ਗਿਆ ਤੇ ਰੱਜ ਕੇ ਖਰਾਬ ਕਰੂ, ਭੱਜ ਗਿਆ। ਅਗਲੀ ਰੇਡ ਕਾਲਾ ਢੰਡਾਰੀ ਵੱਲੋਂ 500 ਰੁਪਇਆ ਖੁਸ਼ੀ ਦੇ ਲਈ, ਵੀਰੇ ਆਪ ਹੀ ਪੁੱਜਦੇ ਕਰਦੇ, ਬਹੁਤ ਬਹੁਤ ਧੰਨਵਾਦ। ਇੱਕ ਮੇਰੀ ਬੇਨਤੀ ਹੈ ਕਲਾਕਾਰਾਂ ਵਾਲੀ ਸਾਊਂਡ ਨੂੰ, ਜਿੰਨਾ ਟਾਈਮ ਫਾਈਨਲ ਮੈਚ ਸਮਾਪਤ ਨਹੀਂ ਹੁੰਦਾ ਤੁਸੀਂ ਕੋਈ ਐਕਟੀਵਿਟੀ ਨਹੀਂ ਕਰਨੀ। ਮੇਰੀ ਬੇਨਤੀ ਮੱਖਣੀ ਸਾਊਂਡ ਨੂੰ ਤੇ ਸਾਰੇ ਮਜੀਸ਼ੀਅਨਸ ਨੂੰ, ਕਿਉਂਕਿ ਫਿਰ ਜਦੋਂ ਫਾਈਨਲ ਮੈਚ ਆ ਤੁਸੀਂ ਅੱਧ ਦੇ ਵਿੱਚੋਂ ਕੰਮ ਕਰਦੇ ਨੇ, ਸਵਾਦ ਖਰਾਬ ਹੋ ਜਾਂਦਾ। ਔਰ ਸ਼ਿੰਦਾ ਪਾਟ ਲੈ ਕੇ ਵਾਪਸ ਗਿਆ ਸੁਲਤਾਨ, ਫਿਰ ਆ ਗਿਆ ਸੁਲਤਾਨ, ਫਿਰ ਆ ਗਿਆ ਸੁਲਤਾਨ, ਫਿਰ ਆ ਗਿਆ। ਲਓ ਚਾਰੇ ਦੇ ਚਾਰੇ ਪਿਆਰ ਨੇ, ਉਧਰ ਪ੍ਰਵੀਰ ਸਿੰਘ ਜੀ ਪਿੱਟੂ ਜਿਸ ਭਾਲ ਵਾਂਗਰਾਂ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ। ਪਰ ਆਹ ਨੰਬਰ ਕਹਿੰਦੇ ਰੇਡਰ ਦਾ ਸੁਖੀ ਬਰਾੜ ਜੀ, ਦਵਿੰਦਰ ਕੋਚੋੜੀ ਤੇ ਇੱਧਰ ਕਹਿੰਦੇ ਸਾਡੇ ਸਤਿਕਾਰ ਦੇ ਯੋਗ ਨੇ ਦਿਲਬਰ ਝਰੇਰ ਹੋਣੀ ਲਾਲੀ ਹੋਣੀ ਵੀਰ ਨੇ, ਇੱਧਰ ਪਾਲ ਵੱਡਾ ਬਾਈ ਹੈ। ਲਓ ਪੈਂਦੀ ਰੇਡ ਤੇ ਸਾਹਮਣੇ ਬੈਟ ਝੋੜਦੇ ਲਈ ਸਤਨਾਮ USA ਤੇ ਕਾਲਾ ਦੌਦ USA, ਉਹਨਾਂ ਵੱਲੋਂ 500 ਜਿਹੜਾ ਲੈ ਵੀ ਜੱਸੇ ਜਮ੍ਹਾਂ ਕਰ ਲੈ। ਲੈ ਵੀ ਭੰਡੇਰ, ਭੰਡੇਰ ਸਪੋਰਟਸ ਲਾਈਟ ਸਰਵਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਵੱਡੀ ਅੱਜ ਦੇ ਕਬੱਡੀ ਕੱਪ ਦੇ ਲਈ ਜ਼ਿੰਮੇਵਾਰੀ ਹੈ ਸਾਰਾ, ਕਹਿੰਦੇ ਪ੍ਰਬੰਧ ਜਿਹੜਾ ਫ੍ਰੀ ਕੀਤਾ ਹੈ ਭੰਡੇਰ ਵਾਲੇ ਵੀਰ ਨੇ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲੁੱਦਰ ਦੀ ਕਬੱਡੀ ਫਰਿਆਦ ਨਾਲ ਕਹਿੰਦੇ ਅਮਨ ਪ੍ਰਭਦੀਪ ਸਿੰਘ ਬਿੱਲੀ ਨਾਲ ਸ਼ਮੀਰ ਖਾਨ, ਆਓ ਸਾਹਮਣੇ ਫਰਿਆਦ ਤੇ ਲੁੱਦਰ, ਫਰਿਆਦ ਮੇਲਾ ਲੁੱਟੂ ਕੇ ਨਹੀਂ, ਲਓ ਮੁਕਾਬਲਾ ਸਖਤ ਸਵਾਦ ਖੇਡ ਕਬੱਡੀ ਦਾ ਵੱਖਰਾ। 6-5-4-3-2-1 ਤੇ ਆ ਲਓ ਜੀ ਹੂਟਰ ਵੱਜ ਗਿਆ, 0 ਹੋ ਗਈ ਹੈ। ਜੇ ਸਵਾਦ ਆਇਆ ਤਾੜੀਆਂ ਜ਼ੋਰਦਾਰ ਮਾਰ ਦਿਓ, 500 ਲਾਲੂ ਦਹਿਲੀ ਜੀ ਆਪ ਹੀ ਪੁੱਜਦੇ ਕਰਦੇ, ਜੱਸੀ ਗਿੱਲ, ਰਾਏ ਲਹਿਰਾ ਤੇ ਜਿੰਦਰ ਗਿੱਲ, ਰਾਏ ਬਲਵੀਰ ਉਹਨਾਂ ਵੱਲੋਂ 2000 ਫਰਿਆਦ ਦੇ ਲਈ ਪੁੱਜਦਾ ਹੋਇਆ ਹੈ, 2000 ਫਰਿਆਦ ਦੇ ਲਈ ਆ ਗਿਆ ਹੈ। ਇੱਧਰ ਕਹਿੰਦੇ ਮਨੀ ਸੰਧੂ ਚੱਠੇ ਵਾਲਾ ਰੇਡ ਪਾਉਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ, ਮੇਲਾ ਕਹਿੰਦੇ ਭੜ ਗਿਆ, ਮੇਲਾ ਭੜ ਗਿਆ, ਮੇਲਾ ਭੜ ਗਿਆ, ਲੋ ਬੱਲੇ 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 ਵੀਰ ਪਿੰਪਰਾ ਚੱਕੇ ਜਾਮ, ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਡ ਦੇ, ਤੈਨੂੰ ਵੇਖ ਕੇ ਸੰਦੀਪ 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 ਹੋ ਗਈ ਅੱਜ ਸਹਾਰ ਨਵਾਜਰੇ ਦੇ ਵਿੱਚ। ਕੱਲ 1 ਲੱਖ ਦਾ ਜੇਤੂ ਰਿਹਾ ਨੰਗਲ ਅੰਬੀਆਂ ਵਾਲਾ ਸੰਦੀਪ, ਬੈਸਟ ਜਾਫੀ ਰਿਹਾ। ਔਰ ਸਾਹਮਣੇ ਬਲਵਿੰਦਰ ਵੱਲੋਂ 500 ਨੰਗਲ ਅੰਬੀਆਂ ਦੇ ਸੰਦੀਪ ਦੇ ਲਈ ਆਇਆ, ਧੰਨਵਾਦ ਆ ਸਾਡੇ ਵੀਰਾਂ ਦਾ। ਹੈਲੋ ਹਾਂਜੀ, ਸੁਖਰਾਜ ਸਟੂਡੀਓ ਜੀ ਇੱਧਰ ਆਓ ਜੀ, ਇੱਧਰ ਕੁਝ ਸਨਮਾਨ ਕਰ ਰਹੇ ਨੇ ਜੀ, ਹਰਦੀਪ ਰਾਣੀ ਜੀ ਤੁਹਾਨੂੰ ਯਾਦ ਕਰ ਰਹੇ ਹੈ, ਸਾਡੇ ਸੁਖਰਾਜ ਸਟੂਡੀਓ ਕਬੱਡੀ 365.com। ਉਹ ਵੀਰ ਕਿਰਪਾ ਕਰਕੇ ਜਲਦੀ ਆ ਜਾਣ,
ਇੱਧਰ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਗਗਨ ਜਰਕ ਕੈਨੇਡਾ, ਜਗਰੂਪ ਨਿਊਜ਼ੀਲੈਂਡ ਤੇ ਸਾਡਾ ਵੀਰ ਬੰਟੀ ਭੈਰੋ ਮੁੰਨਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਕੈਰੀਓ ਨਰਪਿੰਦਰ ਜੀ ਸ਼ਿੰਦਾ ਬਾਹ ਸ਼ਿੰਦੇ ਲੈ ਵੀਰ ਰੁਪਿੰਦਰ ਹਰਦੀਪ ਰੌੜੀ ਵਾਲਾ 500 ਰੁਪਏ ਆਪਦੇ ਭਰਾ ਸੰਦੀਪ ਦੇ ਲਈ ਦੇ ਕੇ ਗਿਆ ਹੈ, ਕਹਿੰਦਾ ਸਾਡਾ ਪਿਆਰ ਹੈ ਮੇਰ ਹੈ ਪ੍ਰਮਾਤਮਾ ਦੀ। ਉਧਰ ਔਲਖ ਜਗਰਾਓ ਮਣੀ ਤੂਫਾਨ ਤੇ ਮਣੀ ਗਿੱਲ ਬਜਾਇਲ ਉਹਨਾਂ ਵੱਲੋਂ 500 ਰੁਪਇਆ ਸਾਰਾ 500 ਓਕੇ ਧੰਨਵਾਦ। ਮੈਂ ਫੀਲਿੰਗ ਵੱਡੀ ਲੈ ਗਿਆ ਸੀ, ਲਓ ਲੁੱਤਰ ਦੀ ਰੇਡ ਰੁਪਿੰਦਰ ਆ ਜਾ ਲਓ ਸਾਹਮਣੇ ਕਬੱਡੀ ਲੁੱਤਰ ਦੀ ਰੇਡ ਇੰਦਰਜੀਤ ਕਲਸੀਆਂ ਵਾਲਾ, ਰਮਨ USA, ਰਵੀ ਬੇਰਕਲਾ, ਵਿੱਕੀ ਆਸਟ੍ਰੇਲੀਆ ਇੰਦਰ USA ਤੇ ਕਾਲਾ ਭਲਵਾਨ USA ਦਾ ਵੱਡਾ ਯੋਗਦਾਨ ਹੈ ਅੱਜ ਦੇ ਮੇਲੇ ਦੇ ਲਈ। ਲੈ ਵੀ ਭੰਡੇਰ ਵਾਲਿਆ ਲਾਈਟਾਂ ਤੂੰ ਵੀ ਆ ਮੈਚ ਤੋਂ ਬਾਅਦ ਛੱਡ ਲਈ, 40 ਸਾਲਾਂ ਦੀਆਂ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ। ਨਾਥ ਝੋੜ ਦੀ ਰੇਡ ਜਾਫੀ 4 ਡੱਗੋਵਾਲਾ ਸ਼ਰਮਾ, ਡੱਗੋਵਾਲਾ ਸ਼ਰਮਾ ਤੇ ਨਾਥ ਝੋੜ ਫਰੀਦਕੋਟੀਆਂ ਤੇ ਲੁਧਿਆਣੀਆਂ ਪੁਆਇੰਟ ਰੇਡਰ ਸਤਨਾਮ USA ਦੇ ਨਾਲ ਕਾਲਾ ਦੌਰ ਸਾਡੇ ਵੀਰ ਨੇ 500 ਰੁਪਇਆ ਨਾਥ ਝੋੜ ਦੇ ਲਈ। ਉਧਰ ਭੀਮ ਵੜੈਚ ਗੁਲਸ਼ੇਰ ਸਰਦਾਰ ਗੁਲਸ਼ੇਰ ਸਿੰਘ ਜੀ SI ਸਾਹਿਬ ਲੁੱਧਰ ਦੀ ਹਰ ਰੇਡ 500 ਦੀ ਹੋਵੇਗੀ। ਰੁਪਿੰਦਰ ਆਇਆ ਫੇਰ ਉੱਥੇ ਹੀ ਆ ਜਾ, ਅਮਰੀਕ ਖੋਸਿਆਂ ਵਾਲਿਆ ਕਹਿੰਦਾ ਉੱਥੇ ਹੀ ਆ ਜਾ, ਆਉ ਜਾਂਦਾ ਸੁਲਤਾਨ ਕਬੱਡੀ ਪਾ ਕੇ ਭਾਂਡ ਲੈ ਕੇ ਵਾਪਸ। ਵੱਡਾ ਇਕੱਠ ਹੋ ਗਿਆ, ਇਹਨੂੰ ਕਹਿੰਦੇ ਆ ਵੀ ਤਿਲ ਸੁੱਟਣ ਜੋਗੀ ਵੀ ਥਾਂ ਨਹੀਂ ਰਹੀ। ਆਹ ਉਹ ਕੌਣ ਜਫਾ ਲਾ ਰਿਹਾ, ਖੁਸ਼ੀ ਦੁੱਗਾ ਵਾਲਾ ਖੁਸ਼ੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ। ਹੈਲੋ ਸਫਰਾਜ ਸਟੂਡੀਓ ਜੀ ਬੂਟਾ ਜੀ ਇੱਧਰ ਆਇਓ ਜੀ, ਇੱਧਰ ਸਨਮਾਨ ਜਿਹੜੇ ਹਰਦੀਪ ਰੌਣੀ ਜੀ ਨਾਲ ਸਾਡੇ ਕਾਲਾ ਖਿਡਾਰੀ ਇੱਧਰ ਸਨਮਾਨ ਕਰ ਰਹੇ ਨੇ, ਆਓ ਜੀ ਜਲਦੀ ਬਾਹਰ ਦੀ ਬਾਉਂਡਰੀ ਲਾਈਨ ਤੋਂ ਆ ਜਾਓ ਜੀ। ਹਾਂਜੀ ਰੁਪਿੰਦਰ ਜੀ ਕੈਰੀ ਓਨ, ਹਾਂ ਰੇਡ ਕੌਣ ਪਾਊ ਤੇ ਲੁੱਧਰ ਦੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈ ਚੁੱਕੀ ਹੈ ਸੰਦੀਪ ਲੁੱਧਰ ਨੰਬਰ ਸ਼ਾਹਕੋਟ ਦਾ ਮੈਚ ਸਮਾਪਤ। ਦੋਸਤੋ ਮੈਚ ਤੁਸੀਂ ਦੇਖ ਹੀ ਲਿਆ, ਇਸ ਮੈਚ ਦੇ ਵਿੱਚੋਂ ਹਾਫ ਸਮੇਂ ਤੋਂ ਅੰਕੜੇ ਥੋੜ੍ਹੇ ਜਿਹੇ ਬਦਲ ਕੇ ਨੇ। ਸ਼ਾਹਕੋਟ ਦੇ 36 ਪੁਆਇੰਟ ਨੇ, ਰੋਇਲ ਕਿੰਗ USA ਜਿਹੜੀ ਹਾਫ ਸਮੇਂ ਦੇ ਵਿੱਚ ਅੱਗੇ ਚੱਲ ਰਹੀ ਸੀ ਉਹਦੇ 31.5 ਪੁਆਇੰਟ ਨੇ। ਸ਼ਾਹਕੋਟ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ। ਮੈਚ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਜ਼ਰੂਰ ਲਿਖਿਓ, ਤੁਹਾਡੇ ਪਸੰਦੀਦਾ ਕਿਹੜੇ ਕਿਹੜੇ ਖਿਡਾਰੀ ਇਸ ਮੈਚ ਦੇ ਵਿੱਚ ਖੇਡੇ ਉਹਨਾਂ ਦੇ ਨਾਮ ਵੀ ਕਮੈਂਟ ਬਾਕਸ ਜ਼ਰੂਰ ਦੱਸਿਓ। ਨਾਲ ਹੀ ਦੋਸਤੋ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਟੂਰਨਾਮੈਂਟ 'ਤੇ ਜਾਂਦੇ ਰਹਿੰਦੇ ਹੋ ਤਾਂ ਉਹਨਾਂ ਟੂਰਨਾਮੈਂਟ 'ਤੇ ਕਿਹੜੇ ਕਿਹੜੇ ਮੈਚ ਤੁਹਾਨੂੰ ਵਧੀਆ ਲੱਗੇ ਉਹ ਸਾਨੂੰ ਕਮੈਂਟ ਬਾਕਸ ਸੁਜੈਸਟ ਕਰਿਆ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਇਸ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਸ਼ਾਮਿਲ ਕਰ ਸਕੀਏ। ਔਰ ਜੇਕਰ ਤੁਸੀਂ ਸਾਡੇ ਯੂਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਿੰਕ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ, ਨਾਲ ਆਉਣ ਵਾਲੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਹੈ ਤਾਂ ਕਿ ਅੱਗੇ ਤੋਂ ਆਉਣ ਵਾਲੇ ਹਰ ਮੈਚ ਦੀ ਘੰਟੀ ਤੁਹਾਡੇ ਕੋਲ ਵੱਜ ਸਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।